ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨੇ ਜੋ ਇਨਸਾਨ ਦੁੱਖ ਦੀ ਘੜੀ ਵਿੱਚ ਵੀ ਉਸ ਪਰਮਾਤਮਾ ਨੂੰ ਯਾਦ ਕਰੇ, ਸੱਚੇ ਦਿਲੋਂ ਅਰਦਾਸ ਕਰੇ, ਗੁਰੂ ਸਾਹਿਬ ਜੀ ਵੀ ਉਸ ਦੁੱਖ ਦੀ ਘੜੀ ਵਿੱਚ ਉਹਨਾਂ ਨੂੰ ਦੁੱਖਾਂ ਵਿੱਚੋਂ ਬਚਾ ਲਿਆ ਕਰਦੇ ਨੇ ਅਤੇ ਸੁੱਖਾਂ ਦਾ ਸਾਗਰ ਬਖਸ਼ ਦਿਆ ਕਰਦੇ ਨੇ। ਅਜਿਹੀ ਹੀ ਇੱਕ ਘਟਨਾ ਇੱਕ ਗੁਰਸਿੱਖ ਪਿਆਰੇ ਨਾਲ ਵਾਪਰੀ, ਜੋ ਕਿ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਨ ਜਾ ਰਿਹਾ ਸੀ। ਪਰ ਉਸਨੇ ਆਪਣੀ ਜ਼ਿੰਦਗੀ ਸਮਾਪਤ ਕਰਨ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਉਸ ਅਰਦਾਸ ਨਾਲ ਉਸ ਦੀ ਜ਼ਿੰਦਗੀ ਵਿੱਚ ਅਜਿਹਾ ਚਮਤਕਾਰ ਹੋਇਆ, ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡਾ ਗੁਰੂ ਸਾਹਿਬ ਜੀ ਉੱਪਰ ਅਤੇ ਅਰਦਾਸ ਉੱਪਰ ਵਿਸ਼ਵਾਸ ਕਈ ਗੁਣਾ ਵੱਧ ਜਾਵੇਗਾ। ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ, ਕਿਉਂਕਿ ਇਹ ਵੀਡੀਓ ਦੇਖਣ ਨਾਲ ਤੁਹਾਡੀ ਜ਼ਿੰਦਗੀ ਬਦਲਣ ਵਾਲੀ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ। ਅਸੀਂ ਆਪ ਜੀ ਨਾਲ ਗੁਰਸਿੱਖ ਪਿਆਰਿਆਂ ਦੇ ਜੀਵਨ ਦੀਆਂ ਘਟਨਾਵਾਂ ਸਾਂਝੀਆਂ ਕਰਦੇ ਰਹਿੰਦੇ ਹਾਂ। ਆਓ ਗੱਲ ਕਰਦੇ ਹਾਂ ਉਸ ਗੁਰਸਿੱਖ ਪਿਆਰੇ ਦੀ, ਜੋ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਆਤਮ ਹੱਤਿਆ ਕਰਨ ਜਾ ਰਿਹਾ ਸੀ। ਇੱਕ ਖੇਤੀ ਕਰਨ ਵਾਲਾ ਗੁਰਸਿੱਖ ਪਿਆਰਾ ਆਪਣੇ ਬੱਚੇ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ। ਅੱਜ ਕੱਲ੍ਹ ਹਰ ਕੋਈ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਵਿਦੇਸ਼ ਭੇਜਣਾ ਚਾਹੁੰਦਾ ਹੈ। ਇਸੇ ਤਰ੍ਹਾਂ ਉਹ ਵੀ ਆਪਣੇ ਬੱਚੇ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ। ਉਸ ਗੁਰਮੁਖ ਪਿਆਰੇ ਨੇ ਬੱਚੇ ਨੂੰ ਵਿਦੇਸ਼ ਭੇਜਣ ਲਈ ਇੱਕ ਏਜੰਟ ਨਾਲ ਗੱਲ ਕਰ ਲਈ, ਜੋ ਕਿ 18 ਲੱਖ ਵਿੱਚ ਡੋਂਕੀ ਰਾਹੀਂ ਅਮੈਰੀਕਾ ਲੈ ਕੇ ਜਾਣਾ ਸੀ। ਹੁਣ ਉਸ ਏਜੰਟ ਨੇ ਪਰਿਵਾਰ ਕੋਲੋਂ 18 ਲੱਖ ਰੁਪਏ ਵੀ ਲੈ ਲਏ ਅਤੇ ਬੱਚੇ ਨੂੰ ਕਈ ਮੁਲਕਾਂ ਰਾਹੀਂ ਕਰਦਾ ਕਰਾਉਂਦਾ ਹੋਇਆ ਸੀਰੀਆ ਲੈ ਗਿਆ। ਉਸ ਤੋਂ ਬਾਅਦ ਉਸ ਏਜੰਟ ਨੇ ਉਸ ਮੁੰਡੇ ਨੂੰ ਸੀਰੀਆ ਵਿੱਚ ਹੀ ਛੱਡ ਕੇ ਆਪ ਉੱਥੋਂ ਭੱਜ ਗਿਆ। ਹੁਣ ਉਹ ਮੁੰਡਾ ਸੀਰੀਆ ਵਿੱਚ ਹੀ ਫਸ ਗਿਆ। ਘਰਦਿਆਂ ਨੇ ਕਿਸੇ ਤਰ੍ਹਾਂ ਹੀਲਾ ਕਰਕੇ 2 ਲੱਖ ਰੁਪਏ ਹੋਰ ਖਰਚ ਕੇ ਆਪਣੇ ਬੱਚੇ ਨੂੰ ਵਾਪਸ ਘਰ ਮੰਗਵਾ ਲਿਆ। ਉਸ ਗੁਰਮੁਖ ਪਿਆਰੇ ਦਾ ਬੇਟਾ ਅਮੈਰੀਕਾ ਵੀ ਨਾ ਜਾ ਸਕਿਆ ਅਤੇ ਕਰਜ਼ਾ ਵੀ ਤਕਰੀਬਨ 20 ਲੱਖ ਦੇ ਕਰੀਬ ਸਿਰ 'ਤੇ ਚੜ੍ਹ ਗਿਆ। ਕਰਜ਼ਾ ਚੜ੍ਹਨ ਤੋਂ ਬਾਅਦ ਉਹ ਕਾਫ਼ੀ ਪਰੇਸ਼ਾਨ ਰਹਿਣ ਲੱਗ ਪਿਆ। ਜ਼ਮੀਨ ਵੀ ਬਹੁਤ ਘੱਟ ਸੀ, ਵੇਚ ਨਹੀਂ ਸੀ ਸਕਦਾ ਕਰਜ਼ਾ ਉਤਾਰਨ ਵਾਸਤੇ। ਜੇਕਰ ਜ਼ਮੀਨ ਵੇਚ ਕੇ ਕਰਜ਼ਾ ਉਤਾਰਦਾ ਤਾਂ ਬਿਨਾਂ ਜ਼ਮੀਨ ਤੋਂ ਉਸਦਾ ਬੱਚਿਆਂ ਦਾ ਵਿਆਹ ਨਹੀਂ ਸੀ ਆਉਣਾ। ਪਰੇਸ਼ਾਨੀ ਤੋਂ ਤੰਗ ਆ ਕੇ ਅਖੀਰਕਾਰ ਉਸਦੇ ਮਨ ਵਿੱਚ ਆਇਆ ਕਿ ਇਹੋ ਜਿਹੀ ਜ਼ਿੰਦਗੀ ਦਾ ਕੀ ਕਰਨਾ। ਕਹਿੰਦਾ, ਮੈਂ ਆਤਮ ਹੱਤਿਆ ਕਰਨ ਦਾ ਖਿਆਲ ਮਨ ਵਿੱਚ ਬਣਾ ਲਿਆ। ਨਾਲ ਹੀ ਸੋਚਿਆ ਕਿ ਮਰ ਤਾਂ ਜਾਣਾ ਹੀ ਹੈ, ਕਿਉਂ ਨਾ ਮਰਨ ਤੋਂ ਪਹਿਲਾਂ ਇੱਕ ਵਾਰ ਦਰਬਾਰ ਸਾਹਿਬ ਜਾ ਕੇ ਪਰਿਵਾਰ ਲਈ ਅਰਦਾਸ ਬੇਨਤੀ ਕੀਤੀ ਜਾਵੇ। ਪਿੰਡੋਂ ਬੱਸ ਫੜੀ ਅਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਾ ਪਹੁੰਚਿਆ। ਪਰਿਕਰਮਾ ਵਿੱਚ ਜਾਂਦੇ ਸਾਰ ਹੀ ਮੱਥਾ ਟੇਕਿਆ ਅਤੇ ਪਰਿਕਰਮਾ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਰਿਕਰਮਾ ਕਰਦੇ ਹੋਏ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਨਾਲ ਹੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਹੇ ਗੁਰੂ ਰਾਮਦਾਸ ਜੀਓ, ਮੇਰੇ ਤੋਂ ਬਾਅਦ ਮੇਰੇ ਬੱਚਿਆਂ ਦਾ ਖਿਆਲ ਰੱਖੀ। ਕਹਿੰਦਾ, ਮੈਂ ਆਪਣੇ ਲਈ ਕੁਝ ਨਹੀਂ ਮੰਗਿਆ, ਬਸ ਇਹੋ ਗੱਲ ਕਹੀ ਕਿ ਗੁਰੂ ਸਾਹਿਬ ਜੀਓ, ਬੱਚਿਆਂ ਦਾ ਖਿਆਲ ਰੱਖੀ। ਅਰਦਾਸ ਕਰ ਘਰ ਨੂੰ ਵਾਪਸ ਤੁਰ ਪਿਆ। ਰਾਸਤੇ ਵਿੱਚੋਂ ਮਰਨ ਵਾਸਤੇ ਦਵਾਈ ਵੀ ਖਰੀਦ ਲਈ। ਸੋਚਿਆ ਕਿ ਘਰ ਦੇ ਕੋਲ ਜਾ ਕੇ ਮਰੂੰਗਾ ਤਾਂ ਕਿ ਘਰਦਿਆਂ ਨੂੰ ਲਾਸ਼ ਸੌਖੀ ਮਿਲ ਜਾਵੇ। ਬੱਸ ਅੱਡੇ 'ਤੇ ਪੁੱਜ ਕੇ ਪਿੰਡ ਨੂੰ ਜਾਣ ਵਾਲੀ ਬੱਸ ਫੜੀ। ਅਜੇ ਬੱਸ ਵਿੱਚ ਬੈਠਾ ਹੀ ਸੀ, ਪਤਾ ਨਹੀਂ ਕਿੱਥੋਂ ਇੱਕ ਲਾਟਰੀ ਵਾਲਾ ਬੱਸ ਵਿੱਚ ਆ ਚੜਿਆ। ਕਹਿੰਦਾ, ਸਰਦਾਰ ਜੀ, ਲਾਟਰੀ ਲੈ ਲਵੋ। ਉਸ ਗੁਰਮੁਖ ਪਿਆਰੇ ਨੇ ਨਾਂਹ ਕਰ ਦਿੱਤੀ। ਇਹ ਲਾਟਰੀ ਵਾਲਾ ਸਾਰੀ ਬੱਸ ਵਿੱਚ ਘੁੰਮ ਕੇ ਫਿਰ ਵਾਪਸ ਇਸੇ ਕੋਲ ਆ ਗਿਆ। ਕਹਿੰਦਾ, ਸਰਦਾਰ ਜੀ, ਲਾਟਰੀ ਲੈ ਲਵੋ। ਉਸ ਗੁਰਮੁਖ ਪਿਆਰੇ ਨੇ ਖਿੱਚ ਕੇ ਕਿਹਾ, ਨਹੀਂ ਲੈਣੀ। ਜਿਸ ਬੰਦੇ ਨੂੰ ਅੱਗੇ ਮੌਤ ਦਿਖਾਈ ਦਿੰਦੀ ਹੋਵੇ ਉਹ ਹੋਰ ਕਿਸੇ ਪਾਸੇ ਵੱਲ ਕਿਵੇਂ ਵੇਖੇ। ਲਾਟਰੀ ਵਾਲੇ ਨੇ ਜ਼ਬਰਦਸਤੀ ਲਾਟਰੀ ਉਸਦੀ ਜੇਬ ਵਿੱਚ ਪਾ ਦਿੱਤੀ ਅਤੇ ਕਹਿੰਦਾ, ਰੱਖ ਲਓ ਸਰਦਾਰ ਜੀ, ਨਿਕਲ ਗਈ ਤਾਂ ਪੈਸੇ ਦੇ ਦਵੀਂ, ਨਹੀਂ ਤਾਂ ਰਹਿਣ ਦਵੀਂ। ਇਹ ਕਹਿ ਕੇ ਉਹ ਬੱਸ ਵਿੱਚੋਂ ਥੱਲੇ ਉਤਰ ਗਿਆ। ਜਦੋਂ ਉਸ ਸਰਦਾਰ ਸਾਹਿਬ ਨੇ ਬੱਸ ਤੋਂ ਬਾਹਰ ਸਿਰ ਕੱਢ ਕੇ ਦੇਖਿਆ ਤਾਂ ਕਿਤੇ ਵੀ ਦਿਖਾਈ ਨਾ ਦਿੱਤਾ। ਉਹ ਕਾਫ਼ੀ ਹੈਰਾਨ ਹੋਇਆ, ਪਿੰਡ ਅੱਡੇ 'ਤੇ ਜਾ ਕੇ ਉਤਰਿਆ। ਪਿੰਡ ਅੱਡੇ 'ਤੇ ਉਸਦੇ ਇੱਕ ਭਾਈਵਾਲ ਦੀ ਦੁਕਾਨ ਸੀ, ਉਸ ਕੋਲ ਜਾ ਬੈਠ ਗਿਆ। ਉਸ ਨੂੰ ਲਾਟਰੀ ਦਿਖਾਈ ਤਾਂ ਉਹ ਕਹਿੰਦਾ, ਮੈਨੂੰ ਤਾਂ ਨਹੀਂ ਪਤਾ, ਪਰ ਨਾਲ ਦੀ ਦੁਕਾਨ ਵਾਲਾ ਲਾਟਰੀਆਂ ਵੇਚਦਾ, ਆਪਾਂ ਇਸ ਨੂੰ ਪੁੱਛ ਲੈਂਦੇ ਹਾਂ। ਦੋਨੋਂ ਜਾਣੇ ਉਸੇ ਦੁਕਾਨ 'ਤੇ ਚਲੇ ਗਏ। ਦੁਕਾਨਦਾਰ ਨੇ ਕਿਹਾ, ਸਰਦਾਰ ਜੀ, 2 ਦਿਨਾਂ ਬਾਅਦ ਇਸ ਲਾਟਰੀ ਦੀ ਡਰਾਅ ਡੇਟ ਆ,
ਦੋ ਦਿਨ ਬਾਅਦ ਆ ਜਾਇਓ, ਅਖਬਾਰ ਵਿੱਚ ਆਉਂਦੀ ਹੈ, ਫਿਰ ਨੰਬਰ ਮਿਲਾ ਦੇਵਾਂਗੇ। ਉਸ ਗੁਰਮੁਖ ਪਿਆਰੇ ਨੇ ਸੋਚਿਆ ਕਿ ਮਰ ਤਾਂ ਜਾਣਾ ਹੀ ਹੈ, ਦੋ ਦਿਨ ਹੋਰ ਰੁਕ ਜਾਂਦੇ ਹਾਂ, ਜਿੱਥੇ ਇੰਨੇ ਦਿਨ ਕੱਟੇ ਨੇ ਦੋ ਦਿਨ ਹੋਰ ਸਹੀ। ਬਹੁਤ ਔਖੇ ਦਿਨ ਕੱਟੇ ਉਸਨੇ। ਡਰਾ ਵਾਲੇ ਦਿਨ ਸਵੇਰੇ ਹੀ ਉਹ ਉਸ ਦੁਕਾਨ 'ਤੇ ਜਾ ਪੁੱਜਿਆ। ਅੱਗੋਂ ਦੁਕਾਨ ਵਾਲਾ ਕਹਿੰਦਾ, ਇਹ ਕਿਹੜੀ ਨਿਕਲਦੀ ਹੁੰਦੀ ਹੈ, ਲਿਆਓ ਸਰਦਾਰ ਜੀ, ਫਿਰ ਵੀ ਦੇਖ ਦਿੰਦੇ ਹਾਂ ਤੁਹਾਡੇ ਦਿਲ ਦੀ ਤਸੱਲੀ ਲਈ। ਉਸ ਦੁਕਾਨ ਵਾਲੇ ਨੇ ਤਿੰਨ ਵਾਰ ਨੰਬਰ ਮਿਲਾਏ, ਉਸਨੂੰ ਫਿਰ ਵੀ ਯਕੀਨ ਨਾ ਆਵੇ। ਕਹਿੰਦਾ, ਸਰਦਾਰ ਜੀ, ਤੁਹਾਡੀ ਲਾਟਰੀ ਨਿਕਲ ਆਈ ਹੈ, ਉਹ ਵੀ ਪੂਰੇ 2 ਕਰੋੜ ਦੀ, ਉਸੇ ਸਮੇਂ ਮੂੰਹ ਤੋਂ ਆਪ ਮੁਹਾਰੇ ਨਿਕਲ ਆਇਆ। ਧੰਨ ਰਾਮਦਾਸ ਗੁਰ, ਧੰਨ ਰਾਮਦਾਸ ਗੁਰ। ਸਾਰੇ ਟੈਕਸ ਕੱਟ ਕੇ ਉਸ ਗੁਰਮੁਖ ਪਿਆਰੇ ਨੂੰ ਤਕਰੀਬਨ 1,80,000-85,00,000 ਰੁਪਏ ਮਿਲੇ। ਹੁਣ ਸਾਰਾ ਕਰਜ਼ਾ ਵੀ ਉਤਰ ਗਿਆ, ਘਰ ਵੀ ਸੋਹਣਾ ਬਣਾ ਲਿਆ, ਕਾਰਾਂ ਵੀ ਵਧੀਆ ਰੱਖੀਆਂ ਨੇ। ਇਹ ਸਾਰੀ ਮਿਹਰ ਗੁਰੂ ਰਾਮਦਾਸ ਜੀ ਦੇ ਘਰ ਦੀ ਹੈ। ਜਿਹੜਾ ਬੰਦਾ ਕੁਝ ਘੰਟੇ ਬਾਅਦ ਮਰਨ ਵਾਲਾ ਸੀ, ਉਹ ਅੱਜ ਸੁੱਖ ਭਰਿਆ ਜੀਵਨ ਬਤੀਤ ਕਰ ਰਿਹਾ। ਕਿਤੇ ਇਹ ਘਟਨਾ ਸੁਣ ਕੇ ਤੁਸੀਂ ਵੀ ਲਾਟਰੀ ਨਾ ਪਾਉਣ ਲੱਗ ਜਾਇਓ। ਇਹ ਤਾਂ ਗੁਰੂ ਰਾਮਦਾਸ ਜੀ ਦੀ ਇੱਕ ਲੀਲਾ ਸੀ, ਲਾਟਰੀ ਇੱਕ ਜੂਆ, ਜੋ ਕਿ ਗੁਰਮਤ ਅਨੁਸਾਰ ਗਲਤ ਹੈ। ਉਹ ਗੁਰਸਿੱਖ ਪਿਆਰੇ ਨੇ ਲਾਟਰੀ ਆਪ ਨਹੀਂ ਖਰੀਦੀ ਸੀ, ਗੁਰੂ ਸਾਹਿਬ ਜੀ ਨੇ ਇੱਕ ਬਿੱਧ ਬਣਾਈ ਸੀ ਉਸਨੂੰ ਤਾਰਨ ਦੀ। ਧੰਨ ਗੁਰੂ ਰਾਮਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।